ਕਿੱਦਾਂ ਸਾਰੇ ਠੀਕ ਠਾਕ ਹੋ ਜੀ ਆਪਣੇ ਬੰਦੇ ਉਹੀ ਬੈਠੇ ਆ ਭਲਵਾਨ ਸਾਹਿਬ ਜੀ ਭਲਵਾਨ ਸਾਹਿਬ ਜੀ ਕਿੱਦਾਂ ਮਾਂਡਰ ਸਾਹਿਬ ਆ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਹਾਂਜੀ ਸਾਬੂ ਜੀ ਤੁਸੀਂ ਸੁਣਾਓ ਕੋਈ ਗੱਲ ਚਾਹ ਪੀ ਕੇ ਹਟੇ ਆ ਜੀ ਚਾਹ ਪੀ ਕੇ ਹਟੇ ਚਲੋ ਕੀ ਕੰਮ ਕਰ ਰਹੇ ਆ ਅੱਜ ਫਿਰ ਚਲੋ ਠੀਕ ਆ ਸਾਬੂ ਖਤਰਨਾਕ ਬੰਦਾ ਜੀ ਸਾਡਾ ਖਤਰਨਾਕ ਇਹਦੇ ਤੋਂ ਬਲੌਗ ਸਾਡਾ ਤਾਂ ਚੜਨਾ आओ सब तो पहला तुहानू इत्थे दा ट्रैक्टर दिखाने ठीक है जी ये है जोंडियर ठीक है जी तो ये इत्थे दे 1 लाख यूरो दा ठीक है जी तो देख 1 लाख यूरो दा तो किन्नी पावर हो साला ये होना है ट्रैक्टर ठीक है तो देखो ये जिदा मतलब फैक्ट्री आ साडे जिदा जिहदे विच ये स्टोर करी दे प्याज ठीक है जी ये होंगे इन्हों करेट कह देंगे ये मतलब इतने तलारे कह देंगे ग्रीकी लैंगुएज ठीक है जी तो ये पा के आएगा कोल्ड स्टोर ये भी तुम मैं दिखा ये अंदर शिफ्ट करी दे कोल्ड होंगे जो हौली हौली जिदा पारागिलिया कह देंगे इतने जिदा ऑर्डर के हिसाब न मतलब होंगे ठीक है जी पैकिंग करी दी है ਤਾਂ ਜਿੱਦਾਂ ਜਿੱਦਾਂ ਸੀਜ਼ਨ ਮਤਲਬ ਸੀਜ਼ਨ ਬਹਾਰ ਜਾਂ ਟਾਈਮ ਆਈ ਜਾਂਦਾ ਉਦਾਂ ਉਦਾਂ ਕਰਕੇ ਹੋਰ ਚੀਜ਼ਾਂ ਆ ਹੈਗੇ ਇਹਦੇ ਤੇ ਪਿਆਜ਼ ਜਿੱਦਾਂ ਆਉਂਦੇ ਆ ਮਸ਼ੀਨ ਤੇ ਠੀਕ ਹੈ ਜੀ ਤਾਂ ਇੱਥੇ ਜਿੱਦਾਂ ਬੰਦੇ ਲਾ ਕੇ ਆ ਟੇਬਲ ਲਾ ਕੇ ਇਹਦੇ ਉੱਤੇ ਇੱਦਾਂ ਕਰੇਟ ਰੱਖ ਦਿੰਦੇ ਆ ਤਾਂ ਪਿਆਜ਼ ਇੱਦਾਂ ਮਸ਼ੀਨ ਨਾਲ ਪੱਟੇ ਦੇ ਉੱਤੇ ਡਿੱਗੀ ਜਾਂਦੇ ਠੀਕ ਹੈ ਜੀ ਤਾਂ ਆ ਜਿਹੜੇ ਆ ਇਹ ਇਹਨਾਂ ਨੂੰ ਟੱਬ ਕਹਿ ਦਿੰਦੇ ਇੱਥੇ ਵੇਸਟਿੰਗ ਵਾਸਤੇ ਹੁੰਦੇ ਆ ਠੀਕ ਹੈ ਜੀ ਤਾਂ ਆ ਵੀ ਇਹ ਪੱਖਾ ਇਹਨੂੰ ਕਹਿ ਦਿੰਦੇ ਇੱਥੇ ਜੇ ਫੈਨ ਤੁਹਾਨੂੰ ਪਤਾ ਹੀ ਹੈ ਮਤਲਬ ਹਵਾ ਹੋਵਾ ਵਾਸਤੇ ਜਦੋਂ ਪਾਣੀ ਪੂਣੀ ਪਿਆ ਛੱਡ ਜਾਂਦੇ ਜਿੱਦਾਂ ਗਿੱਲੇ ਜੇ ਹੋ ਜਾਂਦੇ ਆਹ ਮਸ਼ੀਨ ਆ ਜਿੱਦਾਂ ਖੇਤਾਂ ਦੇ ਵਿੱਚੋਂ ਮਤਲਬ ਭਰਦੀ ਹੈ ਪਿਆਜ ਠੀਕ ਹੈ ਹੋਰ ਵੀ ਕਈ ਕਿਸਮਾਂ ਇੱਥੇ ਹੁੰਦੀਆਂ ਹੈ ਜੂਰੀ ਪਿਆਜ ਨਹੀਂ ਹੈ ਹਰੇਕ ਹਰੇਕ ਅਲੱਗ ਅਲੱਗ ਮਤਲਬ ਏਰੀਏ ਦਾ ਹਿਸਾਬ ਹੁੰਦਾ ਆ ਜਿੱਦਾਂ ਇੱਥੇ ਇੱਕ ਆ ਜਿੱਦਾਂ ਲੱਕੜ ਦਾ ਇੱਥੇ ਬਲੇਤਾ ਕਹਿੰਦੇ ਇੱਕ ਮਤਲਬ ਇਹਦੇ ਉੱਤੇ ਮਤਲਬ ਬਣਾ ਕੇ ਇੱਦਾਂ ਪੈਕਿੰਗ ਕਰਕੇ ਜਿੱਦਾਂ ਗੋਲ ਗੋਲ ਇਹਨੂੰ ਰੋਲ ਕਰ ਦਿੰਦੀ ਹੈ ਮਸ਼ੀਨ ਠੀਕ ਹੈ ਆਹ ਜਿੱਦਾਂ ਇਹਨੂੰ ਕਹਿ ਦਿੰਦੇ ਤਨੀਆ ਤਨੀ ਕਹਿ ਦਿੰਦੇ ਇੱਥੇ ਜਿੱਦਾਂ ਇਹ ਰੋਲ ਕਰ ਦਿੰਦੀ ਹੈ ਠੀਕ ਹੈ ਡਿੱਗਣ ਤੋਂ ਮਤਲਬ ਬਚ ਜਾਂਦੇ ਆ ਠੀਕ ਹੈ ਜੀ ਤਾਂ ਦੇਖ ਲਓ ਇਹ ਫੈਕਟਰੀ ਆ ਵੈਸੇ ਤਾਂ ਇਹਦੇ ਅੰਦਰ ਅਸੀਂ ਜਿੱਦਾਂ ਹੁਣ ਕੰਮ ਇਹ ਕਰ ਰਹੇ ਹਾਂ ਤਾਂ ਜੋਂਡੀਆਂ ਤੁਹਾਨੂੰ ਦਿਖਾ ਰਿਹਾ ਜੀ ਹੋਰ ਵੀ ਕਈ ਟਰੈਕਟਰ ਆ 5-6-7 ਟਰੈਕਟਰ ਆ ਜਿਹਦੇ ਬਾਰੇ ਤੁਹਾਨੂੰ ਮੈਂ ਹੋਰ ਵੀ ਅਗਾਂਹ ਅੱਗੇ ਦਿਖਾਊਂਗਾ ਠੀਕ ਹੈ ਤਾਂ ਆਹ ਹੈਗਾ ਕੋਲਡ ਸਟੋਰ ਠੀਕ ਹੈ ਇਹਦੇ ਵਿੱਚ ਜਿੱਦਾਂ ਸ਼ਿਫਟ ਹੁੰਦੇ ਆ ਠੀਕ ਹੈ ਮੈਂ ਤੁਹਾਨੂੰ ਖੋਲ ਕੇ ਦਿਖਾਉਣਾ ਆ ਜਿੱਦਾਂ ਵੀ ਠੀਕ ਹੈ ਜੀ ਆਹ ਦੇਖੋ ਇਹ ਹੈਗਾ ਕੋਲਡ ਸਟੋਰ ਇਹਦੇ ਵਿੱਚ ਇੱਦਾਂ ਮਤਲਬ ਸਟੋਰ ਕਰੀਦੇ ਆ ਹੌਲੀ ਹੌਲੀ ਇਹਨਾਂ ਕਰੇਟਾਂ ਜਿਹੜੇ ਤੁਹਾਨੂੰ ਦੱਸਿਆ ਤਲਾਰੇ ਕਹਿੰਦੇ ਇੱਥੇ ਉਹਦਾ ਕਰੇਟ ਹੈ ਇਹਦਾ ਨਾਂ ਠੀਕ ਆ ਗ੍ਰੀਕੀ ਲੈਂਗੁਏਜ 'ਚ ਤਲਾਰੇ ਕਹਿ ਦਿੰਦੇ ਆ ਇਹਨਾਂ ਨੂੰ ਇੱਦਾਂ ਸਟੋਰ ਕਰਕੇ ਮਤਲਬ ਹੌਲੀ ਹੌਲੀ ਆਰਡਰ ਦੇ ਹਿਸਾਬ ਨਾਲ ਜਿੱਦਾਂ ਕੱਢੀ ਦੇ ਆ ਠੀਕ ਹੈ ਆਹ ਦੇਖੋ ਚਿੱਟੇ ਪਿਆਜ਼ ਇਹਨਾਂ ਨੂੰ ਕਹਿ ਦਿੰਦੇ ਚਿੱਟੇ ਪਿਆਜ਼ ਆ ਲਾਲ ਪਿਆਜ਼ ਆ ਕਈ 2-3 ਤਰ੍ਹਾਂ ਦੇ ਪਿਆਜ਼ ਹੁੰਦੇ ਆ ਇੱਥੇ ਠੀਕ ਹੈ ਹੌਲੀ ਹੌਲੀ ਜਿਹੜਾ ਸੀਜ਼ਨ ਦੇ ਹਿਸਾਬ ਨਾਲ ਜਿਹੜੀ ਜਿਹੜੀ ਚੀਜ਼ ਫਸਲ ਹੋਈ ਜਾਂਦੀ ਹੈ ਉਦਾਂ ਦਾ ਕੋਲਡ ਸਟੋਰ ਕਰਕੇ ਉਹਦੇ ਆਰਡਰ ਦੇ ਹਿਸਾਬ ਨਾਲ ਜਿੱਦਾਂ ਦਵਾਣੇ ਖਰਬੂਜੇ ਹੋਰ ਮਤਲਬ ਸਟ੍ਰੋਬੈਰੀ ਸੰਤਰੇ ਜਿੱਦਾਂ ਲਾ ਲਓ ਕੁਛ ਵੀ ਇੱਦਾਂ ਦੀਆਂ ਚੀਜ਼ਾਂ ਜਿੱਦਾਂ ਮਤਲਬ ਹੁੰਦੀਆਂ ਕਈ ਕਈ ਜਗ੍ਹਾ ਤੇ ਠੀਕ ਹੈ ਜੀ ਇਹ ਹੈਗਾ ਕੋਲਡ ਸਟੋਰ ਤਾਂ ਇਦਾਂ ਹੋਰ ਕੰਟਰੀਆਂ ਦੇ ਵਿੱਚ ਇਹ ਜਾਂਦੇ ਆ ਠੀਕ ਹੈ ਤਾਂ ਆ ਦੇ ਇਦਾਂ ਪੈਕਿੰਗ ਕਰੀ ਦੀ ਹੈ ਜਿੱਦਾਂ ਆਪਾਂ ਕਹਿ ਦੇ ਇੱਥੇ ਚਵਾਲੀਆ ਸਖੀ ਕਹਿ ਦਿੰਦੇ ਆ ਉਦਾਂ ਆਪਾਂ ਇੰਡੀਆ 'ਚ ਇਹਨੂੰ ਬੋਰੀਆਂ ਕਹਿ ਦਿੰਦੇ ਠੀਕ ਹੈ ਜੀ ਤਾਂ ਇੱਦਾਂ ਪੈਕਿੰਗ ਕਰਕੇ ਇਹਨੂੰ ਰੋਲ ਕਰਕੇ ਇੱਦਾਂ ਗਾਂਹ ਹੋਰ ਕੰਟਰੀਆਂ 'ਚ ਇਹ ਜਾਂਦੇ ਆ ਠੀਕ ਹੈ ਅਤੇ ਆਹ ਇਹਨਾਂ ਦੇ ਉੱਤੇ ਲੱਗਦੇ ਆ ਲੱਕੜ ਦੇ ਬਲੇਤੇ ਕਹਿ ਦਿੰਦੇ ਆ ਇੱਦਾਂ ਆਹ ਕਰੇਟ ਭਰ ਭਰ ਰੱਖੇ ਆ ਠੀਕ ਹੈ ਅਤੇ ਬਾਕੀ ਆਹ ਹੈਗਾ ਸਾਡਾ ਫੋਰਕਲਿਫਟ ਠੀਕ ਹੈ ਆਟੋਮੈਟਿਕ ਮਤਲਬ ਇਹ ਹੈਗਾ ਤਾਂ ਇੱਦਾਂ ਚੱਲਦਾ ਇਹਦੇ ਨਾਲ ਜਿੱਦਾਂ ਸਮਾਨ ਵਗੈਰਾ ਚੱਕੀ ਦਾ ਆ ਠੀਕ ਹੈ ਅਤੇ ਆਹ ਦੇਖੋ ਤਾਂ ਇੱਦਾਂ ਆ ਮੁੰਡੇ ਲੱਗੇ ਹੁੰਦੇ ਆ ਸਾਰੇ ਦੋ ਉੱਧਰ ਦੋ ਇੱਧਰ ਇੱਕ ਪਿੱਛੇ ਦੋ ਅੱਗੇ ਇੱਦਾਂ ਮਤਲਬ ਲੱਗੇ ਹੁੰਦੇ ਆ ਆਪਣਾ ਭਰਨ ਇਹਦੇ ਥਰੂ ਜਿੱਦਾਂ ਬੋਰੀ ਲੱਗ ਕੇ ਇੱਦਾਂ ਭਰੀਦੇ ਆ ਠੀਕ ਹੈ ਤਾਂ ਜ਼ਰੂਰੀ ਨਹੀਂ ਪਿਆਜ਼ਾਂ ਦਾ ਹੀ ਕੰਮ ਆ ਹੋਰ ਫਸਲਾਂ ਬਹੁਤ ਹੁੰਦੀਆਂ ਜਿੱਦਾਂ ਜਿੱਦਾਂ ਸੀਜ਼ਨ ਦੇ ਹਿਸਾਬ ਨਾਲ ਜਿੱਦਾਂ ਉੱਦਾਂ ਆਈ ਜਾਂਦੇ ਉੱਦਾਂ ਦਾ ਹੋਈ ਜਾਂਦਾ ਕੰਮ ਇੱਥੇ ਠੀਕ ਹੈ ਜੀ ਆਹ ਦੇਖੋ
किडे किडे प्याज ता अपने तो उदा दे उदा ही इथे निके निके प्याजा नू मतलब आप इथे ता मतलब सकार ता कह देंदे इक जिदा हुण देखो आ प्याज एडे क प्याज है जी उदा मतलब असी कह दिंदे 100 रुपए किलो नू भी इथे मिलदे ता इथे बाहर कढ के सुट्टी दे आ ठीक है इथे इदा आ इदा दे प्याज मतलब इदा दे प्याज इथे चलदे आ ठीक है साफ सुथरे ता ए नहीं है भी छोटे हुए जो बींगा टेढ़ा जा किदा दा भी उहनू विच वरत लो नहीं कदे भी नहीं ठीक है जी ता देखो तुहानू मैं सारा दिखा रहा इथे दी कंडीशन जो भी आ जिदा भी है ठीक है ता बाकी इदा लगदा होर तुहानू मैं गां होर भी अगे दे अगे जिदा जिदा तुसी मेरा ब्लॉग देखी जाओगे उहनू तुसी पसंद करोगे मैं उदा उदा तुहानू ग्रीस बारे होर नॉलेज दऊंगा ठीक है जी। ये हैगी मशीन ता ये जिदा मतलब इदा परूनी इहनू कह दिंदे इत्थे जिदा पा के इहदा लक्कड़ दा बलेते जे इदा जिन्ना किन्ने टन इह भार चक सकदी है ठीक है ता इदा आ सारा सिस्टम ता खेतां दे बारे भी तुहानू दसूंगा होर फसलां बारे दसूंगा की हुंदियां इत्थे किदा किदा हुंदियां आ ठीक है जी। ता रुकियो आम साडे मालक दा तुसीं मेरे ब्लॉग नूं शेयर और लाइक जरूर करियो मैं तुहानूं अगे अगे होर भी सब कुछ ग्रीस बारे नॉलेज दऊंगा जिदा भी होगी ठीक है जी। तुसीं प्लीज ब्लॉग मेरे नूं करियो ठीक है जी ओके धन्नवाद। हुण दो आ गया तां प्लीज लाइक शेयर जरूर करियो देखियो जरूर ठीक है किदां लग्गिया तुहानूं दस्सियो जरूर ओके।